हेलो दोस्तों वेलकम ऑन माय चैनल मैं हूं सोनू ਤੇ ਤੁਸੀਂ ਦੇਖ ਰਹੇ ਹੋ ਵਾਪਸ ਮੈਂ ਵੀ ओके फ्रेंड्स ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇੱਕ ਰੈਸਪੀ ਜੋ ਕਿ ਹੈ ਆਟੇ ਦੀ ਪਿੰਨੀ ਜੋ ਕਿ ਮੈਂ ਆਪਣੇ ਕਿਡਸ ਲਈ ਬਣਾ ਰਹੀਆਂ ਤੇ ਇਹ ਤੁਸੀਂ 1 ਸਾਲ ਦੇ ਉੱਪਰ ਦੇ ਬੱਚੇ ਨੂੰ ਦੇ ਸਕਦੇ ਹੋ ਬਸ ਇਹ ਹੈ ਕਿ ਇਹਦੇ ਵਿੱਚ ਖੰਡ ਦੀ ਜਗ੍ਹਾ ਤੁਸੀਂ ਗੁੜ ਪਾਉਣਾ ਹੈ ਖੰਡ ਨੂੰ ਸਕਿਪ ਕਰਨਾ ਹੈ ਤੇ ਡਰਾਈ ਫਰੂਟ ਵਿੱਚ ਤੁਸੀਂ ਇਹਦੇ ਵਿੱਚ ਜੋ ਥੋੜਾ ਬੱਚਾ 1 ਸਾਲ ਤੋਂ نیچے ਮਤਲਬ ਜਿੱਦਾਂ 8 ਮਹੀਨੇ ਤੋਂ ਤੁਸੀਂ ਬੱਚੇ ਨੂੰ ਡਰਾਈ ਫਰੂਟ ਦੇ ਸਕਦੇ ਹੋ ਤੇ 8 ਤੋਂ ਉੱਪਰ ਆ ਤੇ ਇੱਕ ਸਾਲ ਤੋਂ ਘਾਟਾ ਤੇ ਤੁਸੀਂ ਉਹਦੇ ਵਿੱਚ ਸਿਰਫ ਬਦਾਮ ਤੇ ਕਾਜੂ ਪਾਓ ਬਾਕੀ ਡਰਾਈ ਫਰੂਟ ਨਾ ਪਾਓ ਤੇ ਬਾਕੀ ਤੁਸੀਂ ਤੇ ਓਕੇ ਮੈਂ ਇਹਦਾ ਅਸੀਂ ਆਟਾ ਜਿਹੜਾ ਯੂਜ਼ ਕਰ ਰਹੀ ਉਹ ਹੈ ਮਲਟੀ grain ਤੁਸੀਂ ਕੋਈ ਵੀ ਆਟਾ ਯੂਜ਼ ਕਰ ਸਕਦੇ ਹੋ ਜੋ ਤੁਹਾਡੇ ਘਰ ਵਿੱਚ अवेलेबल ਹੈ ਮਲਟ ਮਲਟੀ grain ਇਸ ਅ ਬੈਸਟ অপਸ਼ਨ ਤੋਂ ਚਲੋ ਕੀ ਕੀ ਮੈਂ ਪਾ ਕੇ ਕਿੱਦਾਂ ਬਣਾ ਰਹੀ ਮੈਂ ਤੁਹਾਨੂੰ ਦਿਖਾਉਂਦੀ ਫਰੈਂਡਸ ਇਹਦੇ ਇਨਗਰੀਡੀਅੰਟਸ ਦੇਖ ਲਓ ਇਹ ਹੈਗਾ ਜੀ 1/2 ਟੇਬਲस्पून ਡਰਾਈਇੰਗਰ ਪਾਊਡਰ ਸੁੰਡ ਤੇ ਇਹ ਵਾਲੀ ਬੌਲ ਲਈ ਹੈ ਜਿੱਦਾਂ ਮੈਂ ਮੈਜ਼ਰ ਕੀਤਾ एवरीथिंग ਨੂੰ ਤੇ ਇਹ ਵਾਲੀ ਤਿੰਨ ਬੌਲ ਲਈ ਐਮੇ ਮਲਟੀ ਗ੍ਰੇਨ ਆਟਾ ਤੇ ਡੇਢ ਬੌਲ ਇਹ ਹੀ ਡੇਢ ਬੌਲ ਲਈ ਹੈ ਮੈਂ ਬ੍ਰਾਊਨ 슈ਗਰ ਤੁਸੀਂ ਗੁੜ ਵੀ ਪਾ ਸਕਦੇ ਹੋ ਮੈਂ ਬ੍ਰਾਊਨ 슈ਗਰ ਲਈ ਹੈ ਤੇ ਉਹਨੂੰ ਪੀਸ ਲਿਆ ਤੇ ਗ੍ਰਾਂਡਡ ਕੋਕੋਨਟ ਇਹ ਜਸ ਟਾਪਿੰਗ ਲਿਆ ਤੇ ਇਹ ਵਾਲੀ ਬੌਲ ਹੀ ਮੈਂ ਲਵਾਂਗੀ ਦੇਸੀ ਘੀ ਦੀ ਇੱਕ ਬੌਲ ਤੇ ਫਿਰ ਇਹਨੂੰ ਮੈਂ ਭੁੰਨਾ ਕੇ ਦੇ ਵਿੱਚ ਤੇ ਇਹ ਮੇਰਾ ਡਰਾਈ ਫਰੂਟ ਹੈ ਇਹਨੂੰ ਮੈਂ ਰੋਸਟ ਕਰਕੇ ਤੇ ਇਹਨੂੰ मिक्स ਕਰ ਲਿਆ मिक्सर ਚ ਪਾ ਕੇ ਤੇ ਕਿਹੜੇ ਕਿਹੜੇ ਡਰਾਈ ਫੂਡਸ ਤੇ ਕਿੱਦਾਂ ਇਹਨੂੰ ਮੈਂ ਬਣਾਇਆ ਐਜ਼ এ ਪਾਊਡਰ ਨਾ ਤੇ ਪਾਊਡਰ ਥੋੜਾ ਦਰਦਰਾ ਹੈ ਤੇ ਤੁਸੀਂ ਪਾਊਡਰ ਵੀ ਬਣਾ ਸਕਦੇ ਹੋ ਤੇ ਪਾਊਡਰ ਦਾ ਫਾਇਦਾ ਇਹ ਹੈ ਕਿ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਬੱਚਿਆਂ ਨੂੰ ਦੁੱਧ ਵਿੱਚ ਅੱਧਾ ਚਮਚ ਜਾਂ ਇੱਕ ਚਮਚ ਪਾ ਕੇ ਉਹਨਾਂ ਨੂੰ ਦੋ ਹੈਲਥੀ ਆਪਸ਼ਨ ਆ ਤੇ ਇਹ ਕਿੱਦਾਂ ਬਣਾਇਆ ਤੁਸੀਂ ਦੇਖ ਲਓ ਓਕੇ ਜੀ ਤੇ ਡਰਾਈ ਫੂਡ ਪਾਊਡਰ ਦੇ ਲਈ ਮੈਂ ਸਭ ਤੋਂ ਪਹਿਲਾਂ ਲਈ ਬਦਾਮ ਤੇ ਉਹਨਾਂ ਨੂੰ ਰੋਸਟ ਕਰ ਲਿਆ ਜ਼ਿਆਦਾ ਜਲਾਉਣਾ ਨਹੀਂ ਹੈ ਜਸਟ ਰੋਸਟ ਕਰਨਾ ਹੈ ਇਹਦੀ ਸਮੈਲ ਤੇ ਦੇ ਲੁਕਤ ਪਤਾ ਚਲ ਜਾਏਗਾ ਕਿ ਰੋਸਟ ਹੋ ਗਿਆ ਐਦਾ ਤੇ ਹੁਣੇ ਰੋਸਟ ਹੋ ਗਿਆ ਤੇ ਨਨ ਮੈਂ ਉਤਾਰ ਲਾਂਗੀ ਤੇ ਨੈਕਸਟ ਮੈਂ ਪਾਵਾਂਗੀ ਕਾਜੂ ਕਾਜੂਆਂ ਨੂੰ ਵੀ ਸੇਮ ਮੈਂ ਰੋਸਟ ਕਰ ਲਾਂਗੀ ਤੇ ਉਸ ਤੋਂ ਬਾਅਦ ਵਿੱਚ ਮੈਂ ਪਾਵਾਂਗੀ ਅਖਰੋਟ ਓਕੇ ਤੇ ਅਖਰੋਟ ਨੂੰ ਵੀ ਉਸੇ ਤਰ੍ਹਾਂ ਹੀ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਐਂਡ ਐਨੂ ਰੋਸ ਕਰਨ ਤੋਂ ਬਾਅਦ ਫਿਰ ਮੈਂ ਪਾਵਾਂਗੀ ਪਿਸਤਾ ਪਿਸਤੇ ਨੂੰ ਵੀ ਇਦਾਂ ਹੀ ਕਰਨਾ ਹੈ ਰੋਸਟ ਕਰਕੇ ਤੇ ਕੜ ਲੈਣਾ ਹੈ ਇਹਨਾਂ ਵਿੱਚ ਇਹ ਚਾਰ ਇਨਗਰੀਡੀਅੰਟ ਜੂਸ ਕਿਤੇ ਸੌਰੀ ਡਰਾਈ ਫੂਲੀ ਆ ਬਦਾਮ ਨੇ ਕਾਜੂ ਨੇ ਪਿਸਤਾ ਤੇ ਅਖਰੋਟ ਇਹ ਮੇਰੇ ਕਿਡਸ ਦਾ ਫੇਵਰੇਟ ਆ ਤੇ ਇਹਨਾਂ ਨੂੰ ਹੁਣ ਮੈਂ ਮਿਕਸਰ ਵਿੱਚ ਪਾ ਕੇ ਇਹਨਾਂ ਦਾ ਮੈਂ ਬਣਾ ਲਾਂਗੀ ਇੱਕ ਪਾਊਡਰ ਪਰ ਇਹਨੂੰ ਠੰਡਾ ਹੋਣ ਦਿਓ ਜੇ ਤੁਸੀਂ ਚੰਗਾ ਪਾਊਡਰ ਚਾਹੁੰਦੇ ਹੋ ਤਾਂ ਇਹਨੂੰ ਠੰਡਾ ਕਰਕੇ ਪੀਸ ਲਓ ਗਰਮ ਨਾਲ ਬਿਸਿਓ ਨਹੀਂ ਤਾਂ ਇਹਨਾਂ ਨੇ ਇੱਕ ਪੇਸਟ ਦੀ ਤਰ੍ਹਾਂ ਹੋ ਜਾਣਾ ਵਾ ਤੇ ਮੈਨੂੰ ਜਿੱਦਾਂ ਦੇ ਚਾਹੀਦੇ ਆ ਇਹ ਮੇਰੇ ਉਦਾਂ ਦੇ ਤਿਆਰ ਹੋ ਗਏ ਨੇ ਇੱਕ ਜਸਟਰ ਦਰੇਜੇ ਤੇ ਇਹਨੂੰ ਮੈਂ ਹੁਣ ਕੱਢ ਕੇ ਰੱਖ ਲਏ ਹੋਇਆ ਤੇ ਹੁਣ ਮੈਂ ਇੱਕ ओके फ्रेंड्स ए वाली बाउल में ਇਹਦੇ ਵਿੱਚ ਇੱਕ ਪਾਤਾ ਦੇਸੀ ਘੀ ਤੇ ਹੁਣ ਇਹਦੀ ਵੇਟ ਕਰਦੇ ਆਂ ਜਦ ਤੱਕ ਇਹ ਮੈਲਟ ਨਹੀਂ ਹੋ ਜਾਂਦਾ ਮੈਲਟ ਹੋ ਕੇ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਮੈਂ ਵੱਡੀ ਕੜਾਹੀ ਯੂਜ਼ ਕਰ ਰਹੀ ਆਂ ਤੁਸੀਂ ਜੋ ਜਿੱਦਾਂ ਤੁਹਾਨੂੰ ਤੁਹਾਡੇ ਸਾਰੇ ਸਮਾਨ ਦੇ ਅਕੋਰਡਿੰਗ ਜਿਹਦੇ ਵਿੱਚ ਕੰਫਰਟੇਬਲੀ ਰਬਾਬ ਨਾ ਚੰਗੀ ਤਰ੍ਹਾਂ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਲੈ ਸਕਦੇ ਹੋ ओके okay, जी देखो मेरा चंगी तरह मेल्ट हो गया है तो हुण मैं ਇਹਦੇ ਵਿੱਚ ਪਾਵਾਂਗੀ ਮੈਂ ਮਲਟੀ grain ਆਟਾ ਤੇ ਇਹ ਆਟੇ ਨੂੰ ਹੁਣ ਚੰਗੀ ਤਰ੍ਹਾਂ ਭੁੰਨਣਾ ਹੈ ਇਹਦੇ ਵਿੱਚ ਪਾ ਕੇ ਬਸ ਹਿਲਾਉਂਦੇ ਰਹਿਣਾ ਹਿਲਾਉਂਦੇ ਰਹਿਣਾ ਹਿਲਾਉਂਦੇ ਰਹਿਣਾ ਤੁਹਾਡੀ ਬਾਹਾਂ ਦੀ ਚੰਗੀ ਐਕਸਰਸਾਈਜ਼ ਹੋਊਗੀ ओके ਤੇ ਬਸ ਇਹਦੇ ਵਿੱਚ ਜੋ ਗੰਡਾ ਜਿਹੇ ਬਣ ਗਿਆ ਇਹਨਾਂ ਨੂੰ ਬਸ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਤੇ ਨਾਲੇ ਨਾਲ ਇਹਨਾਂ ਨੂੰ ਕਰਦੇ ਰਹੋ ਅੱਡ ਗੰਡਾ ਜੀਆਂ ਨੂੰ ਤੇ ਬਸ ਹਿਲਾਉਂਦੇ ਰਹੋ ਇਹਦੇ ਪੁੰਨਨ ਦਾ ਪਤਾ ਚੱਲ ਜਾਂਦਾ ਈ ਇਹਦੀ স্মੈਲ ਤੋਂ ਇਹਨੇ ਕਿਉ ਛੱਡ ਦੇਣਾ ਤੇ ਇੰਨੇ ਇਹਦਾ ਕਲਰ ਚੇਂਜ ਹੋਣਾ ਓਕੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਦੇਖ ਰਹੇ ਹੋ ਇਹਦਾ ਕਲਰ ਚੇਂਜ ਹੋ ਚੁੱਕਿਆ ਆ ਤੇ ਪਰ ਹਜ ਤੱਕ ਨਹੀਂ ਖਿਉਣੀ ਛੱਡਿਆ ਉਹਦੀ ਮੈਂ ਵੇਟ ਕਰਾਂਗੀ ਥੋੜਾ ਜਿਹਾ ਹੋਰ ਇਹਨੂੰ ਪੁਨਾਗੀ ਤੇ ਬਸ ਐਸੇ ਤਰ੍ਹਾਂ ਹੀ ਇਹਨੂੰ ਹਿਲਾਉਂਦੇ ਰੋ ਤੇ ਰੁਕਣਾ ਨਹੀਂ ਹੈ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਹਿਲਾਇਆ ਤੇ ਕਿਤੇ ਉਹ ਕੱਚਾ ਤੇ ਕਿਤੇ ਉਹ ਪੱਕਾ ਰਹਿ ਜਾਏਗਾ ਸੋ ਇਹਨੂੰ ਇਕੁਅਲੀ ਕੁੱਕਰ ਦੇ ਲਈ ਲਗਾਤਾਰ ਹਿਲਾਉਣਾ ਬਹੁਤ ਹੀ ਜ਼ਰੂਰੀ ਹੈ ਆਲ ਰਾਈਟ ਫਰੈਂਡਸ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹਦਾ ਕਲਰ ਵੀ ਬਰਾਊਨ ਹੋ ਚੁੱਕਿਆ ਹੈ ਤੇ ਅਨੇ ਕਿਉਂ ਵੀ ਛੱਡਤਾ ਸੋ ਇਸ ਸਟੇਜ ਵਿੱਚ ਆਪਾਂ ਗੈਸ ਬੰਦ ਕਰ ਦੇਣਾ ਲੇਕਿਨ ਗੈਸ ਬੰਦ ਕਰਨ ਦੇ ਬਾਵਜੂਦ ਵੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਕਿਉਂਕਿ ਅਜੇ ਤੱਕ ਕੜਾਈ ਬਹੁਤ ਗਰਮ ਆ ਤੇ ਇਹ ਨਾ ਹੋਵੇ ਕਿ ਜਦੋਂ ਆਪਾਂ ਹਲਾਉਣਾ ਬੰਦ ਕਰ ਦਈਏ ਨੀਚੇ ਵਾਲੀ ਸਾਈਡ ਦੀ ਜਲ ਜਾਵੇ ਸੋ ਦੈਟਸ ਵਾਈ ਇਹਨੂੰ ਹਲਾਉਂਦੇ ਰਹਿਣਾ ਤੇ ਮੇਰੀਆਂ ਬਾਹਾਂ ਥੱਕ ਚੁੱਕੀਆਂ ਨੇ ਬੱਚਾ ਹੁਣ ਵੀ ਮੈਂ ਆਪਣੇ ਕਿਡਸ ਲਈ ਬਣਾ ਰਹੀ ਆ ਤੇ ਚਲੋ ਹੁਣ ਇਹਦੇ ਵਿੱਚ ਆਪਣੇ ਬਾਕੀ ਇਨਗਰੀਡੀਅੰਟਸ ਪਾਉਂਦੇ ਆ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਡਰਾਈ ਫਰੂਟ ਜਿਹੜਾ ਰੋਸਟ ਕੀਤਾ ਹੋਇਆ ਹੈ ਪਹਿਲਾਂ ਤੋਂ ਹੀ ਪੱਕਿਆ ਹੋਇਆ ਇਹਨੂੰ ਪਕਾਣ ਦੀ ਕੋਈ ਲੋੜ ਨਹੀਂ ਹੈਗੀ ਤੇ ਬਸ ਇਹਨੂੰ ਪਾ ਕੇ ਵਿੱਚ ਚੰਗੀ ਤਰ੍ਹਾਂ ਹਿਲਾ ਦਿਓ ਆ ਮਤਲਬ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਲਾ ਦਿਓ ਤੇ ਇਹਨੂੰ ਮਿਲਾਨ ਤੋਂ ਬਾਅਦ ਵਿੱਚ ਬਥ ਪਾਵਾਂਗੇ ਸੁੰਡ ਜਿਹੜੀ ਕਿ ਹਾਫ ਟੇਬਲस्पून ਹੈ ਤੇ ਉਹਨੂੰ ਵੀ ਚੰਗੀ ਤਰ੍ਹਾਂ ਮਿਲਾਉਣਾ ਹੈ ਹਰ ਇਨਗਰੀਡੀਅੰਟ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ ਥੈਨ ਨੈਕਸਟ ਪਾਉਣਾ ਹੈ ਤੇ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਵਾਂਗੀ ਬ੍ਰਾਊਨ 슈ਗਰ ਜਿਹੜੀ ਮੈਂ ਪੀ ਕੇ ਰੱਖੀ ਹੋਈ ਹੈ ਲਗਭਗ 1.5 ਕਟੋਰੀਆ ਤੇ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਮੈਂ ਪਾਵਾਂਗੀ ਇਹਨੂੰ ਦੋ ਵਾਰੀ ਪਾਵਾਂਗੀ ਵਿੱਚ ਕਿਉਂਕਿ ਅ ਇੱਕ ਵਾਰ ਕਿਉਂਕਿ ਪੀਣ ਤੋਂ ਬਾਅਦ ਜਿਆਦਾ ਡਰਾਈ ਜੀ ਹੋ ਜਾਂਦੀ ਹੈ ਤੇ ਇਹਨੂੰ ਫਨ ਨਾਲ ਹੀ ਸਖਤ ਹੋ ਜਾਂਦਾ ਤੇ ਹਲਾਉਣ ਦੇ ਬਹੁਤ ਮੁਸ਼ਕਲ ਆਂਦੀ ਹੈ ਸੋ ਦੈਟਸ ਵਾਈ ਹਾਫ ਹਾਫ ਪਾਵਾਂਗੀ ਪਹਿਲਾਂ ਮੈਂ ਹਾਫ ਘੰਡ ਵਿੱਚ ਪਾਵਾਂਗੀ ਐਂਡ ਦੈਨ ਹਾਫ ਪਾਵਾਂਗੀ ਤੁਸੀਂ ਗੁੜ ਵੀ ਪਾ ਸਕਦੇ ਹੋ ਜੇ ਤੁਸੀਂ 1 ਸਾਲ ਤੋਂ ਛੋਟੇ ਬੱਚੇ ਲਈ ਬਣਾ ਰਹੇ ਹੋ ਤਾਂ ਇਹਦੇ ਵਿੱਚ ਗੋੜੀ ਹੀ ਪਾਓ ਤੇ ਓਕੇ ਜੀ ਤੇ ਹੁਣ ਮੈਂ ਹਸਬੰਡ ਨੂੰ ਕਹਾਂਗੀ ਕਿ ਤੁਸੀਂ ਇਹ ਕੰਮ ਕਰੋ ਬਿਕੋਜ਼ ਮੇਰੀ ਬਾਹਵਾਂ ਦੀ ਹੋ ਗਈ ਐ ਬੱਸ ਓਕੇ ਤੇ ਇਹ অলਮੋਸਟ ਿਆਰ ਹੋ ਗਿਆ ਤੇ ਇਹਨੂੰ ਹੁਣ ਹਲਾ ਲੈਣੇ ਡਬਲ ਖੁਸ਼ਾ ਬਣ ਕੇ ਮੈਂ ਬਸ ਇਹ ਛੋਟੇ-ਛੋਟੇ ਅੰਪਨੀਆ ਬਣਾ ਲਵਾਂ ਤੇ ਟਾਪਿੰਗ ਕਰ ਲਵਾਂ ਗ੍ਰੈਂਡਿਡ ਕੋਕੋਨਟ ਨਾਲ ਓਕੇ ਫਰੈਂਡਸ ਤੇ ਮੇਰੇ ਅਟਾ ਦੀ ਪਨੀਅਮ ਨੂੰ 98 ਦਾ ਮਿਕਸਚਰ ਜੋ ਬਣਾਇਆ ਉਹ ਤਿਆਰ ਆ ਤੇ ਇਹ ਡਬਲ ਵਿੱਚ ਛੋਟਕੇ ਆ ਗਏ ਨੇ ਹੁਣ ਨਾ ਇਹਨਾਂ ਨੇ ਤੇ ਕਾਸੀ ਘਰ ਪਰਿਵਾਰ ਲਈ ਪਨੀਰ ਹਲਵਾ ਹੈ। ਓਕੇ ਫਰੈਂਡਸ ਇਹ ਵਾਲੀ ਪਨੀਰ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਅ ਐਸ ਅ 스낵 ਮਿਡ ਮਾਰਨਿੰਗ ਜਾਂ ਮਿਡ ਈਵਨਿੰਗ ਜਦੋਂ ਬੱਚਿਆਂ ਨੂੰ ਲੱਗੇ ਕਿ ਉਹਨਾਂ ਨੂੰ ਹਲਕੀ ਜਿਹੀ ਭੁੱਖ ਲੱਗੀ ਹੈ 스낵 ਦੇਣ ਦੀ ਲੋੜ ਹੈ ਤੁਸੀਂ ਇਹ ਦੇ ਸਕਦੇ ਹੋ ਤੇ ਇਹਨੂੰ ਖਵਾਣ ਤੋਂ ਬਾਅਦ ਬੱਚੇ ਨੂੰ ਤੁਸੀਂ ਕਦੇ ਵੀ ਪਾਣੀ ਨਾ ਪਿਓ ਕਿਉਂਕਿ ਉਹਦਾ ਗਲਾ ਖਰਾਬ ਹੋ ਸਕਦਾ ਹੈ ਸੌਰੀ ਤੇ ਆ ਇਸ ਤੋਂ ਇਹਨੂੰ ਖਵਾਣ ਤੋਂ ਬਾਅਦ ਤੁਸੀਂ ਬੱਚੇ ਨੂੰ ਦੁੱਧ ਪਿਲਾਓ ਤੇ ਉਹਦੀ ਬੋਡੀ ਨੂੰ ਗਰਮੀ ਮਿਲੇਗੀ ਜਿੱਦਾਂ ਕਿ ਹੁਣ ਠੰਡ ਆ ਗਈ ਆ ਤੇ ਕਰੋਨਾ ਕਰੋਨਾ ਦਾ ਚੱਲਣ ਦੇ ਆ। ਟੋ ਇਹ ਬਹੁਤ ਵਧੀਆ ਆਪਸ਼ਨ ਆ। ਤੇ ਤੁਸੀਂ ਓਕੇ ਫਰੈਂਡਸ ਤੇ ਇਹ ਸੀ ਤੇ ਹੁਣ ਅੱਜ ਆਪਾਂ ਪਿੰਨੀਆ ਬਣਾਉਣੀ ਆ ਵਾ ਹਜੇ ਇਹ ਬਹੁਤ ਗਰਮ ਆ ਜਦੋਂ ਲੱਗੇਗਾ ਕਿ ਹੱਥ ਚ ਫੜਨ ਵਾਲਾ ਹੋ ਗਿਆ ਹੈ। ਬਹੁਤ ਗਰਮ ਸੀ। ਬਹੁਤ ਹੀ ਜ਼ਿਆਦਾ। ਤੇ ਫਿਰ ਆਪਾਂ ਇਹਦੀਆਂ ਪਨੀਰੀਆਂ ਬਣਾ ਕੇ ਇਹਨੂੰ ਨਾਰੀਅਲ ਦਾ ਉਹ ਜਿਹੜਾ ਚੂਰਾ ਜਿਹਾ ਪਿਆਏ ਕ੍ਰੌਸ ਉਹਨੂੰ ਉਹਦੇ ਨਾਲ ਆਪਾਂ ਫਿਰ ਇਹਨੂੰ ਟਾਪਿੰਗ ਕਰਕੇ ਦੈਨ ਆਪਾਂ ਬੱਚੇ ਨੂੰ ਦਵਾਂਗੇ ਤੇ ਪਹਿਲਾਂ ਕੁਝ ਆਪਾਂ ਉਹਦਾਂ ਵੀ ਰੱਖਣੀ ਆ ਨਾਰੀਅਲ ਦੇ ਟਾਪਿੰਗ ਤੋਂ ਬਿਨਾਂ ਹੀ ਕਿਉਂਕਿ ਹੋ ਸਕਦਾ ਰਬਾਬ ਨੂੰ ਨਾ ਪਸੰਦ ਆ ਬਿਕੋ ਰਬਾਬ ਦੀ ਫਸਟ ਕੋਈ ਬਣਿਆ ਹੋਇਆ ਵਾ ਐਦਾਂ ਦਾ ਖਾਣ ਵਾਲਾ ਕਿਉਂਕਿ ਇਸ ਕਰਕੇ ਇਹਦਾ بیس ਆਪਾਂ ਆਟੇ ਤੋਂ ਹੀ ਸਟਾਰਟ ਕੀਤਾ ਦੈਨ ਨੈਕਸਟ ਟਾਈਮ ਆਪਾਂ ਫਿਰ ਬਣਾਵਾਂਗੇ ਜਿਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ ਕਰਾਂਗੇ ਓਕੇ ਤੋ ਫਿਰ ਮਿਲਦੀ ਆ ਨੈਕਸਟ ਵੀਡੀਓ ਤੇ ਬਾਏ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਸਰ ਡਬਲਯੂ ਮੁਸ਼ਕੀ ਕਹਿਣਾ ਕੁਛ ਨਾ ਮੈਂ ਕੁੜੀ ਨਹੀਂ ਮੈਂ ਤਾਂ ਬੁੜੀ ਭੱਜਦੀ ਹਾਂ ਓਕੇ ਤੇ ਬਾਏ ਫਿਰ ਮਿਲਦੇ ਆ ਨੈਕਸਟ ਵੀਡੀਓ ਚ